ਪੰਜਾਬ ਸਰਕਾਰ ਨੇ ਪੰਜਾਬ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੋਖਿਆਂ ਤੋਂ ਵਿਕਣ ਵਾਲੇ ਤੰਬਾਕੂ ਤੇ 1 ਸਾਲ ਦਾ ਬੈਨ ਲਗਾ ਦਿੱਤਾ ਸੀ ਤਾਂ ਕਿ ਨੌਜਵਾਨ ਇਹਨਾਂ ਨਸ਼ਿਆਂ ਦੇ ਸੇਵਨ ਤੋਂ ਬਚ ਸਕਣ। ਇਸ ਪਾਬੰਦੀ ਤੋਂ ਬਾਅਦ ਵੀ ਤੰਬਾਕੂ ਦਾ ਸਮਾਨ ਹੁਣ ਖੋਖਿਆਂ ਦੇ ਨਾਲ ਨਾਲ ਕਰਿਆਨਾ ਅਤੇ ਬੇਕਰੀ ਵਾਲੀ ਦੁਕਾਨਾਂ ਤੇ ਵੇਚਿਆ ਜਾ ਰਿਹਾ ਹੈ। ਲੋਕਾਂ ਨੇ ਸਰਕਾਰ ਤੋਂ ਇਸ ਨੂੰ ਬੰਦ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਸੰਬੰਧੀ ਰੋਸ ਪ੍ਰਗਟ ਕਰਦੇ ਹੋਏ ਸਮਾਜ ਸੇਵੀ ਬਲਦੇਵ ਸਿੰਘ ਪੰਨੂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਤਾਂ ਪਹਿਲਾਂ ਤੋਂ ਨਸ਼ਿਆਂ ਨੇ ਖੋਖਲੀ ਕਰ ਦਿੱਤੀ ਹੈ ਅਤੇ ਇਹਨਾਂ ਖੋਖਿਆਂ ਤੋਂ ਵਿਕਣ ਵਾਲੀ ਭੰਗ ਦੀਆਂ ਗੋਲੀਆਂ ਸਭ ਤੋਂ ਖਤਰਨਾਕ ਨਸ਼ਾ ਸਾਬਿਤ ਹੁੰਦੀ ਹੈ। ਉਹਨਾਂ ਕਿਹਾ ਕਿ ਇਹਨਾਂ ਸਕੂਲਾਂ ਦੇ ਕੋਲ ਬਣੇ ਖੋਖਿਆਂ ਨੂੰ ਚੁਕਾਇਆ ਜਾਵੇ ਅਤੇ ਦੁਕਾਨਾਂ ਤੋਂ ਬਲੈਕ ਵਿੱਚ ਮਿਲ ਰਹੇ ਨਸ਼ਾ ਸਮੱਗਰੀ ਨੂੰ ਰੋਕਣ ਲਈ ਪ੍ਰਸ਼ਾਸਨ ਸਖ਼ਤ ਤੋਂ ਸਖ਼ਤ ਕਦਮ ਚੁੱਕ ਕੇ ਇਹਨਾਂ ਨੂੰ ਕਾਬੂ ਕਰਕੇ ਕਾਰਵਾਈ ਕਰੇ। ਮੈਂ ਜੋ ਇਹ ਸਰਕਾਰ ਨੇ ਪਾਬੰਦੀ ਲਾਈ ਆ 1 ਸਾਲ ਵਾਸਤੇ ਬੀੜੀ ਤੰਬਾਕੂ ਵਾਸਤੇ ਰੋਜ਼ਾਨਾ ਦੇ ਨਸ਼ਿਆਂ 'ਤੇ, ਮੈਂ ਬਹੁਤ ਉਹਨਾਂ ਦਾ ਸ਼ਲਾਘਾ ਕਰਦਾ ਇਸ ਕਦਮ ਦੀ ਜਿਹੜਾ ਉਹਨਾਂ ਪਾਬੰਦੀ ਲਾਈ ਆ। ਪਰ ਸ਼ਹਿਰ ਬਾਜ਼ਾਰ 'ਚ ਆਮ ਫਿਰ ਕੇ ਵੇਖਿਆ ਵਾ ਵੀ ਉਹ ਨਸ਼ੇ ਉਸ ਤਰ੍ਹਾਂ ਹੀ ਖੋਖੇ ਲਾ ਕੇ ਵਿਕੀ ਜਾਂਦੇ ਆ ਅਤੇ ਉਸ ਤਰ੍ਹਾਂ ਹੀ ਲੋਕ ਪੀ ਜਾਂਦੇ ਆ ਅਤੇ ਬਾਜ਼ਾਰਾਂ 'ਚ ਅੱਧੀਆਂ ਅੱਧੀਆਂ ਪੀ ਕੇ ਸਿਗਰਟਾਂ ਵੀ ਸੁੱਟੀ ਜਾਂਦੇ ਆ। ਮਤਲਬ ਤੋਲਾ ਭਰ ਵੀ ਅਸਰ ਜਿਹੜਾ ਵਾ ਨਾ, ਜਿਹਨੂੰ ਆਪਾਂ ਜ਼ੀਰੋ ਅਸਰ ਕਹਿ ਦਿੰਦੇ ਹਾਂ, ਉਹਨਾਂ ਵੀ ਇਸ ਪਾਬੰਦੀ ਦਾ ਅਸਰ ਨਹੀਂ ਹੋਇਆ। ਮੈਂ ਪੰਜਾਬ ਸਰਕਾਰ ਤੋਂ ਜਾਂ ਹੇਠਲੇ ਜਿਹੜੇ ਬੈਠੇ ਅਫਸਰ ਇਹਨਾਂ ਤੋਂ ਮੰਗ ਕਰਦਾ, ਜੋ ਸਾਡੇ ਜ਼ਿਲ੍ਹੇ ਦੇ ਅਫਸਰ ਨੇ, ਕਿ ਉਹ ਜਿਹੜੀ ਲਾਈ ਹੋਈ ਪਾਬੰਦੀ ਆ ਉੱਤੇ ਧਿਆਨ ਦਿੱਤਾ ਜਾਵੇ, ਉਹਨੂੰ ਲਾਗੂ ਕੀਤਾ ਜਾਵੇ। ਉੱਥੇ ਇਸ ਮਾਮਲੇ ਸੰਬੰਧੀ ਡਿਪਟੀ ਕਮਿਸ਼ਨਰ ਇੰਜੀਨੀਅਰ DPS ਖਰਬੰਦਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਆਦੇਸ਼ ਜਾਰੀ ਕੀਤੇ ਹੈ ਉਹਨਾਂ ਦੀ ਪਾਲਣਾ ਕੀਤੀ ਜਾਵੇਗੀ ਅਤੇ ਡਰੱਗ ਵਿਭਾਗ ਨੂੰ ਆਦੇਸ਼ ਜਾਰੀ ਕੀਤੇ ਗਏ ਨੇ ਕਿ ਜਲਦ ਤੋਂ ਜਲਦ ਸ਼ਹਿਰ ਵਿੱਚ ਵਿਕ ਰਹੀ ਨਸ਼ਾ ਸਮੱਗਰੀ ਨੂੰ ਮੁਕੰਮਲ ਤੌਰ ਤੇ ਬੰਦ ਕਰਾਇਆ ਜਾਵੇ ਅਤੇ ਫੜੇ ਗਏ ਵਿਅਕਤੀਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੋਕੀਨ, ਹੈਰੋਇਨ, ਜੋ ਵੀ ਤੰਬਾਕੂ ਵਾਲੀ ਚੀਜ਼ਾਂ ਨੇ, ਟੋਟਲ ਬੈਨ ਨੇ। ਇੱਕ ਤਾਂ ਬੰਦੇ ਨੂੰ ਆਪ ਵੀ ਆਪਾਂ ਨੂੰ ਚਾਹੀਦਾ ਕਿ ਅਸੀਂ ਐਸੀਆਂ ਚੀਜ਼ਾਂ ਜਿਹੜੀਆਂ ਹਾਨੀਕਾਰਕ ਨੇ ਅਸੀਂ ਆਪਣੇ ਬੱਚਿਆਂ ਨੂੰ ਆਪ ਗੁਰੇਜ਼ ਕਰੀਏ। ਨੰਬਰ 2, ਕਾਨੂੰਨ ਦਾ ਐਂਗਲ ਅਸੀਂ ਲੈਣਾ। ਮੈਂ ਡਿਊਟੀ ਲਗਾ ਦਿੰਦੀ, ਤੁਸੀਂ ਸਾਡੇ ਨੋਟਿਸ ਲਿਆਉਂਦੇ ਨੇ ਔਰ ਅਸੀਂ ਜਿਹੜੇ ਡਰੱਗ ਇੰਸਪੈਕਟਰ ਨੇ ਉਹਨਾਂ ਕੋਲ ਛਾਪਾ ਵੀ ਮਰਾਉਂਦੇ ਨੇ। ਜਿਹੜਾ ਬੰਦਾ ਕੋਈ ਐਸੇ ਕੰਮ ਕਰਦਾ ਪਕੜਿਆ ਗਿਆ, ਉਹਦੇ ਅਗੇਂਸਟ ਕਾਨੂੰਨੀ ਕਾਰਵਾਈ ਕੀਤੀ ਜਾਏ। ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ, ਚੈਨਲ 2।